ਇਲੈਕਸ਼ਨ ਦੇ ਵਿੱਚ ਤੇ ਸਭ ਸਭ ਦਾ ਜੋ ਹੈ ਨਾ ਕੋਈ ਕੰਮ ਦੇ ਵਿੱਚ ਆਦਮੀ ਲੱਗ ਸਕਦਾ ਹੈ ਬਟ ਈਵਨ ਅਦਰਵਾਈਜ਼ ਰੈਗੂਲਰ ਟਾਈਮ ਦੇ ਵਿੱਚ ਵੀ ਪਾਰਟੀ ਕੋਲ ਕਈ ਤਰ੍ਹਾਂ ਦੇ ਕੰਮ ਹੁੰਦੇ ਆ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਦੈਟ ਇਲੈਕਸ਼ਨ ਤੱਕ ਤੇ ਚਲੋ ਹਮਾਰਾ ਬਹਾਵ ਇੱਕ ਹੀ ਤਰਫ਼ ਰਹੇਗਾ ਕਿ ਬਾਈ ਟੂ ਮੇਕ ਮੋਦੀ ਜੀ ਪ੍ਰਾਈਮ ਮਿਨਿਸਟਰ ਅਗੇਨ ਮੇਰਾ ਸਿਰਫ ਇਤਨਾ ਮਾਨਣਾ ਹੈ ਕਿ ਹਮ ਲੋਕ ਇਹ ਨਾ ਸੋਚੇ ਕਿ ਯਾਰ ਮੇਰੀ ਜਿੰਮੇਵਾਰੀ ਸਿਰਫ ਮੇਰੇ ਵੋਟ ਤੱਕ ਖਤਮ ਹੋ ਗਈ ਹੈ ਮੇਰੀ ਜਿੰਮੇਵਾਰੀ ਜੋ ਹੈ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਉਣ ਤੱਕ ਖਤਮ ਨਹੀਂ ਹੁੰਦੀ ਸੋ ਆਪ ਆਪਣੇ ਆਪਣੇ ਇਨਫਲੂਐਂਸ ਕੇ ਹਿਸਾਬ ਸੇ ਆਪਣੇ ਚੀਜ਼ ਕੋ ਮੈਗਨੀਫਾਈ ਕੈਸੇ ਕਰ ਸਕਤੇ ਹੈ ਯੇ ਮੈਂ ਆਪ ਸਭ ਕੋ ਮੈਂ ਪ੍ਰਾਰਥਨਾ ਕਰਦਾ ਹੁਣ ਵਾਲੇ ਰਾਈਟ ਲਈ ਮੈਂ ਕਹਤਾ ਨਿਰਮਲ ਦੱਤ ਜੀ ਐਂਡ ਕੰਪਨੀ ਨਾ ਖੜੀ ਹੋਈ ਹੋਤੀ ਆਪ ਮੇਰੇ ਕੋ ਬਤਾਓ ਯੇ ਇਤਨੇ ਵੀ ਚੇਂਜਸ ਸੰਭਵ ਹੋਤੇ ਸੋ ਰੇਜ਼ ਯੋਰ ਵੋਇਸ ਜੋ ਆਪਕੋ ਗਲਤ ਲਗਤਾ ਹੈ ਕਿ ਪਿਛਲੀ ਪਦਤੀ ਸੇ ਬਦਲ ਰਹਾ ਹੈ ਬੋਲੋ ਜ਼ਰੂਰ